ਗੱਲ ਹੋ ਸਕਦੀ ਹੈ। ਮੈਂ ਹਰਦੀਪ ਸਿੰਘ ਮੁੰਡੀਆ, ਵਾਰਡ ਨੰਬਰ 26, ਅੱਜ ਸ੍ਰੀ ਚੰਦ ਕਲੋਨੀ ਵਿੱਚ ਮੀਟਿੰਗ ਰੱਖੀ ਗਈ। ਮੈਨੂੰ ਮੈਸੇਜ ਮਿਲਿਆ ਕਿ ਮੀਟਿੰਗ ਹੈ ਜੀ, ਆਓ। ਮੈਂ ਜਦੋਂ ਇੱਥੇ ਪਹੁੰਚਿਆ ਇੰਨਾ ਭਰਮਾ ਹੁੰਗਾਰਾ ਦੇਖ ਕੇ ਬਹੁਤ ਖੁਸ਼ੀ ਹੋਈ। ਸਭ ਤੋਂ ਪਹਿਲਾਂ ਤਾਂ ਉਸ ਮਾਲਕ ਦਾ ਸ਼ੁਕਰੀਆ ਕਰਦਾ ਜਿਹੜਾ ਨੇ ਸਾਨੂੰ ਇਸ ਲਾਇਕ ਬਣਾਇਆ, ਔਰ ਮੇਰੀ ਸੰਗਤ ਸਾਡੇ ਵਾਰਡ ਦੀ ਜੋ ਇੰਨਾ ਪਿਆਰ ਦੇ ਰਹੀ ਹੈ, ਮੈਂ ਸੰਗਤ ਦਾ ਦਿਲ ਦੀਆਂ ਕਹਿ ਰਹੀ ਹਾਂ ਕਿ ਧੰਨਵਾਦ ਕਰਦਾ, ਅਤੇ ਉਸ ਮਾਲਕ ਅੱਗੇ ਅਰਦਾਸ ਕਰਦਾ ਕਿ ਇਸ ਕਾਬਲ ਬਣਾ ਦੀ ਕਿ ਇਹਨਾਂ ਦਾ ਜਿੰਨਾ ਅੱਜ ਪਿਆਰ ਮਿਲ ਰਿਹਾ ਇਹਨਾਂ ਦਾ ਮੁੱਲ ਮੂਲ ਪਾਵਾਂ। ਮੈਨੂੰ ਤਾਂ ਇੱਕ ਜਨਮ ਦਾ ਕੀ, ਕਈ ਜਨਮ ਵੀ ਇਹਨਾਂ ਦਾ ਮੈਂ ਮੁੱਲ ਨਹੀਂ ਮੋੜ ਸਕਦਾ ਜਿੰਨਾ ਅੱਜ ਮੈਨੂੰ ਪਿਆਰ ਦੇ ਰਿਹਾ। ਹੁਣ ਵਿਰੋਧੀ ਕੀ ਕਹਿ ਰਹੇ ਹੈ, ਕਾਂਗਰਸ ਪਾਰਟੀ ਵਾਲੇ ਸੁਸ਼ੀਲ ਕੁਮਾਰ ਸ਼ੀਲਾ ਜੀ ਦੇ ਜੋ ਵਰਕਰ ਨਾਲ ਬਾਹਰੋਂ ਆਏ ਹੋਏ ਆ, ਵਾਰਡ ਦਾ ਕੋਈ ਨਹੀਂ ਨਾਲ ਕੀ ਚੱਲ ਰਿਹਾ, ਉਹ ਕਹਿੰਦੇ ਪਹਿਲੇ ਨੰਬਰ 'ਤੇ ਸੁਸ਼ੀਲ ਕੁਮਾਰ ਜੀ ਸ਼ੀਲਾ ਜੀ ਆ ਰਹੇ ਆ। ਮੈਂ ਕਿਹਾ ਅੱਛਾ ਜੀ, ਉਹ ਕਿਵੇਂ? ਕਹਿੰਦੇ ਆਪਣੇ ਧੱਕੇ ਨਾਲ ਵੱਡਾ ਪਾਵਾਂਗੇ, ਧੱਕਾ ਚੱਲੂਗਾ ਜਿਵੇਂ ਪਟਿਆਲੇ ਚੱਲਿਆ ਸੀ। ਵੋਟ ਪਵੇ ਨਾ ਪਵੇ, ਪਹਿਲੇ ਨੰਬਰ 'ਤੇ ਸੁਸ਼ੀਲ ਕੁਮਾਰ ਸ਼ੀਲਾ ਜੀ, ਦੂਜੇ ਨੰਬਰ 'ਤੇ ਸੁਰਜੀਤ ਰਾਏ ਜੀ, ਅਤੇ ਤੀਜੇ ਨੰਬਰ 'ਤੇ ਆਜ਼ਾਦ ਉਮੀਦਵਾਰ ਹੋਣਗੇ, ਚੌਥੇ ਨੰਬਰ 'ਤੇ ਸ਼ਾਇਦ ਹਰਦੀਪ ਦਾ ਨੰਬਰ ਆ। ਮੈਂ ਕਿਹਾ ਇਹ ਅਤੇ 24 ਤਰੀਕ ਵਾਲੇ ਦਿਨੀ ਜਦੋਂ ਮਸ਼ੀਨਾਂ ਦੀਆਂ ਚੀਕਾਂ ਨਿਕਲ ਗਈਆਂ ਨਾ, ਅਤੇ ਮਸ਼ੀਨ ਦੇ ਉੱਤੇ ਟੇਬਲ ਵਾਲੇ ਦੇ ਉੱਤੇ ਪੱਖਾ ਨਾ ਲਾਉਣਾ ਪਿਆ, ਅਤੇ ਮੈਂ ਵੀ ਉਸ ਮਾਲਕ ਨੂੰ ਮਾਲਕ ਸਮਝਦਾ ਸਕਦਾਗਾ, ਧੱਕਾ ਹੋਣ ਨਹੀਂ ਦਿੰਦਾ, ਕਿਉਂਕਿ ਉਸ ਗੁਰੂ ਦੀ ਦਇਆ ਨਾਲ ਅੱਜ ਇੱਥੇ ਪਹੁੰਚੇ ਹਾਂ। ਪਰਮਾਤਮਾ ਹੈ, ਹਰ ਇੱਕ ਦੇ ਅੰਦਰ ਹੈ, ਹਰ ਇੱਕ ਦੇ ਅੰਦਰ ਵੱਜਦਾ। ਐਡਾ ਸਾਡੀ ਜਿਹੜੀ ਸੰਗਤ ਹੈ, ਐਡੀ ਪਟਿਆਲੇ ਵਾਂਗ ਨਹੀਂ ਵੀ ਕਮਜ਼ੋਰ ਕਿ ਘਰਾਂ 'ਚ ਬਹਿ ਜੂਗੀ। ਬਾਹਰੋਂ ਆਏ ਹੋਇਆਂ ਨੂੰ ਅੱਜ ਤਾਂ ਮੈਂ ਕੁਛ ਨਹੀਂ ਕਹਿ ਰਿਹਾ, ਪਰ ਮੈਂ ਆਪਣੇ ਵਾਰਡ 'ਤੇ ਇੰਨਾ ਮਾਣ ਕਰਦਾ, ਔਰ ਮੈਂ ਪੂਰੇ ਵਾਰਡ ਵਾਸੀਆਂ ਦੇ ਮੈਨੂੰ ਵਿਸ਼ਵਾਸ ਵੀ ਹੈ ਕਿ 1% ਵੀ ਧੱਕਾ ਨਹੀਂ ਹੋਏਗਾ। ਵੀਰੋ ਭੈਣੋ, ਡਰਨ ਦੀ ਲੋੜ ਨਹੀਂ, ਜਦੋਂ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕਰੇ ਫੋਨ ਕਰ ਦਿਓ, ਉਸ ਸਭ ਤੋਂ ਅੱਗੇ ਮੈਂ ਹੋਵਾਂਗਾ, ਫਿਰ ਦੇਖਾਂਗੇ ਕਿਹੜਾ ਸਾਡੇ ਨਾਲ ਧੱਕਾ ਹੁੰਦਾ, ਕਿਉਂਕਿ ਸਾਡੇ ਨਾਲ ਕੁੱਲ ਮਾਲਕ ਹੈ, ਸਾਰੀ ਸੰਗਤ ਦਾ ਆਸ਼ੀਰਵਾਦ ਹੈ। ਪਹਿਲੇ ਨੰਬਰ 'ਤੇ ਸਾਡੀ ਸੰਗਤ ਹੈ, ਸੰਗਤ ਹੀ ਰਹੇਗੀ, ਇਹ ਪਰਮਾਤਮਾ ਦਾ ਆਸ਼ੀਰਵਾਦ ਹੈ, ਉਹਦੀ ਦਇਆ ਮਿਹਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਰਡ ਨੰਬਰ 26, ਆਪਣੇ ਹਰਦੀਪ ਸਿੰਘ ਮੁੰਡੀਆ ਜੀ, ਦੇਖਦੇ ਹਾਂ ਕੋਈ ਨਸ਼ਾ ਨਹੀਂ ਕਰਦੇ, ਸਤਸੰਗ ਹੀ ਹੈਗੇ ਨੇ, ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਮਹੱਲੇ ਦਾ ਅਤੇ ਵਾਰਡ ਦਾ ਪੂਰਾ ਵਿਕਾਸ ਕਰਨਗੇ। ਇਹਨਾਂ ਦੇ ਤਰਫੋਂ ਕਿਸੇ ਸਰਕਾਰ ਦੀ ਕੋਈ ਸ਼ਿਕਾਇਤ ਨਹੀਂ ਆਈ। ਨਾਮ ਕੀ ਤੁਹਾਡਾ? ਅੱਜ ਹਰਦੀਪ ਮੁੰਡੇ ਜੀ ਤੁਹਾਡੇ ਨਾਲ ਮੀਟਿੰਗ ਕੀਤੀ ਹੈ, ਕਿੰਨਾ ਕੁ ਸਮਰਥਨ ਤੁਸੀਂ ਦਿਓਗੇ ਇਹਨਾਂ ਨੂੰ? ਪਿਛਲੇ ਜਿਹੜੇ ਸਾਬਕਾ ਕੌਂਸਲ ਰਹੇ ਨੇ, ਕਿੰਨਾ ਕੁ ਵਾਰਡ ਕਰਵਾਇਆ ਜੀ ਉਹਨਾਂ ਨੇ, ਅਤੇ ਤੁਸੀਂ ਇਹਨਾਂ ਤੋਂ ਕੀ ਉਮੀਦਾਂ ਰੱਖਦੇ ਹੋ? ਅੱਜ ਤੁਹਾਡੇ ਕੋਲ ਹਰਦੀਪ ਮੁੰਡੇ ਜੀ ਆਏ ਨੇ, ਆਜ਼ਾਦ ਉਮੀਦਵਾਰ ਨੇ, ਤੁਸੀਂ ਕਿੰਨਾ ਕੁ ਸਮਰਥਨ ਦਿਓਗੇ? ਸਾਰੇ ਮਤਲਬ ਜਿੰਨੇ ਵੀ ਹੈਗੇ ਵਧੀਆ ਸਮਰਥਨ ਦੇਵਾਂਗੇ, ਜਿੰਨੇ ਆਪਾਂ ਚਾਹੁੰਦੇ ਹਾਂ ਜੋ ਨਸ਼ਾ ਮੁਕਤੀ ਕਰਾਵਾਂਗੇ, ਵੱਧ ਤੋਂ ਵੱਧ ਸਪੋਰਟ ਕਰਾਂਗੇ। ਤੁਸੀਂ ਵੀ ਜਿਵੇਂ ਯੁਵਾ ਹੋ, ਠੀਕ ਹੈ, ਅਤੇ ਯੁਵਾਵਾਂ ਦਾ ਕਿੰਨਾ ਕੁ ਸਮਰਥਨ ਹੈ? ਪੂਰਾ ਦੇਖੋ ਸਾਹਮਣੇ। ਮੈਂ ਬਾਬਾ ਚਮਕੌਰ ਸਿੰਘ ਬੋਲਦਾ ਮੁੰਡੀਆਂ ਕਲਾਂ ਤੋਂ, ਕਿਉਂਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਨੂੰ ਹਰੇਕ ਬੰਦਾ ਚੰਗਾ ਕਹਿੰਦਾ ਹੁੰਦਾ। ਇਹ ਹਰਦੀਪ ਸਿੰਘ ਜੀ ਮੁੰਡੀਆਂ ਜੋ 26 ਨੰਬਰ ਵਾਰਡ ਤੋਂ ਆਜ਼ਾਦ ਚੋਣ ਲੜ ਰਹੇ ਨੇ, ਜਿਹਨਾਂ ਦਾ ਚੋਰ ਸ਼ਾਹ ਟੇਬਲ ਆ,
ਇਹਨਾਂ ਦਾ ਲੋਕਾਂ ਦੇ ਵਿੱਚੋਂ ਇੰਨਾ ਪਿਆਰ ਮਿਲ ਰਿਹਾ, ਇੰਨਾ ਪਿਆਰ ਮਿਲ ਰਿਹਾ। ਮੈਨੂੰ 40 ਸਾਲ ਤਾਂ ਹੋ ਗਏ ਇਲੈਕਸ਼ਨ ਲੜਾਉਂਦੇ ਨੂੰ, 40 ਸਾਲ ਦੇ ਵਿੱਚ ਮੈਂ MLA ਇਲੈਕਸ਼ਨ ਵੀ ਦੇਖੇ ਨੇ, ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਵੀ ਦੇਖੇ ਨੇ, ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਦੇਖੇ ਆ, ਪੈਂਚੀਆਂ ਸਰਪੈਂਚੀਆਂ ਵੀ ਦੇਖੀਆਂ। ਪਰ ਜਿਹੜਾ ਅੱਜ ਹਰਦੀਪ ਸਿੰਘ ਨੂੰ ਹੰਗਾਰਾ ਮਿਲਦਾ ਨਾ ਬਾਰਡਰ ਦੇ ਵਿੱਚ, ਅੱਜ ਅਸੀਂ ਬਾਬਾ ਸ਼੍ਰੀ ਚੰਦ ਕਲੋਨੀ ਬੈਠੇ ਹਾਂ ਜਿੱਥੇ ਕਿ ਹਰਦੀਪ ਨੂੰ ਇੰਨਾ ਵੱਡਾ ਹੰਗਾਰਾ ਮਿਲਿਆ ਕਿ ਰਹਿੰਦੀ ਦੁਨੀਆ ਤੱਕ ਇਹ ਯਾਦਗਾਰੀ ਰਹੂਗੀ। ਪਰ ਮੈਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ, ਬਾਬਾ ਸ਼੍ਰੀ ਚੰਦ ਕਲੋਨੀ ਵਾਲਿਆਂ ਨੂੰ, ਇੱਕ ਦੋ ਇਹਨਾਂ ਦੀਆਂ ਮੰਗਾਂ ਸੀਗੀਆਂ ਮੈਨੂੰ ਚੇਤੇ ਨੇ, ਧਿਆਨ 'ਚ ਨੇ ਮੇਰੇ, ਇਹਨਾਂ ਨੇ ਨਹੀਂ ਦੱਸੀਆਂ ਪਰ ਮੇਰੇ ਚੇਤੇ ਨੇ, ਉਹ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਊਂਗਾ। ਮੈਂ ਆਪ ਨਾਲ ਜਾਊਂਗਾ ਹਰਦੀਪ ਸਿੰਘ ਦੇ ਵੀ ਇਹਨਾਂ ਦੇ ਕੰਮ ਹੋਣੇ ਚਾਹੀਦੇ ਨੇ, ਕੰਮ ਕਰਾਵਾਂਗੇ, ਜੇ ਕੰਮ ਕਰਾਵਾਂਗੇ ਮੁੜ ਕੇ ਵੋਟ ਮੰਗਣ ਆਵਾਂਗੇ, ਨਹੀਂ ਮੁੜ ਕੇ ਵੋਟ ਮੰਗਣ ਨਹੀਂ ਆਵਾਂਗੇ। ਬਾਬਾ ਸੁੱਖਾ ਜੀ, ਹਰਦੀਪ ਸਿੰਘ ਮੁੰਡੀਆਂ, ਮੋਰ ਕਿੱਥੇ ਲਾਉਣੀ ਆ, ਮੋਰ ਕਿੱਥੇ ਲਾਉਣੀ ਆ, ਮੋਰ ਕਿੱਥੇ ਲਾਉਣੀ ਆ।